ਕਿੰਨੀ ਰਹਿੰਦੀ ਸੀ ਸ਼ੂਗਰ ਤੁਹਾਡੀ? ਸ਼ੂਗਰ ਤਾਂ ਹੁਣ ਥੋੜੇ ਵਧਾਂਦਾ ਕਿਸੇ 2-3 ਮਹੀਨੇ ਤੋਂ, ਵੈਸੇ ਪਹਿਲਾਂ ਤਾਂ ਕੰਟਰੋਲ ਰਹਿੰਦੀ ਸੀ, ਪਹਿਲਾਂ ਕੰਟਰੋਲ ਰਹਿੰਦੀ ਸੀ 2-3 ਮਹੀਨੇ ਤੋਂ ਜ਼ਿਆਦਾ ਹੋਣ ਜ਼ਿਆਦਾ ਆਵਾਜ਼ ਕਿੰਨੀ ਹੋ ਜਾਂਦੀ ਸੀ? 225 ਦੇ ਆਸ ਪਾਸ ਪੌਣੇ 300 ਗੋਲੀਆਂ ਖਾ ਕੇ ਵੀ ਨਹੀਂ ਰਹਿੰਦੀ ਸੀ। ਅੱਛਾ ਅੱਛਾ ਠੀਕ ਆ। ਤੇ ਐਵਰੇਜ ਸ਼ੂਗਰ ਬਾਰੇ ਪਤਾ ਤੁਹਾਨੂੰ, ਐਵਰੇਜ ਸ਼ੂਗਰ ਕਿੰਨੀ ਸੀ ਤੁਹਾਡੀ? ਨਹੀਂ ਸ਼ੂਗਰ ਕਰਾਈ ਨਹੀਂ ਕਦੇ। ਹਾਂ ਅਸੀਂ ਕੀਤਾ ਟੈਸਟ ਤੁਹਾਡਾ 11.5 HbA1c ਇਹ ਹਮੇਸ਼ਾ ਯਾਦ ਰੱਖਣਾ। ਤਾਂ 11.4 ਸੀ ਤੁਹਾਡੀ ਐਵਰੇਜ ਸ਼ੂਗਰ, ਜੇ 11.4 ਐਵਰੇਜ ਚੱਲ, ਜਿਹੜੀ ਕਿ 6 ਚਾਹੀਦੀ ਹੈ, ਸਮਝੋ ਡਬਲ ਸੀ, ਤਕਰੀਬਨ 12 ਹੀ ਹੋ ਗਈ, 12 ਹੀ ਹੋ ਗਈ, ਸੋਰੀ 11.5 ਆ 12 ਹੀ ਹੈ, ਸੋ ਡਬਲ ਚੱਲ ਰਹੀ ਸੀ ਸ਼ੂਗਰ ਆਪਣੀ। ਪਰ ਜੇ 9 ਤੋਂ ਉੱਪਰ ਜਾਂਦੀ ਹੈ ਤੁਹਾਡੀ ਐਵਰੇਜ ਸ਼ੂਗਰ, 9 ਤੋਂ ਉੱਪਰ ਜੇ ਰਹੇ 3 ਸਾਲਾਂ ਵਾਸਤੇ, ਤਾਂ ਉਹ ਤੁਹਾਡੇ ਕਿਡਨੀਜ਼ ਨੂੰ ਅਤੇ ਹੋਰ ਸਿਸਟਮਸ 'ਤੇ ਚੰਗਾ ਅਸਰ ਕਰਨਾ ਸਟਾਰਟ ਕਰ ਦਿੰਦੀ ਹੈ। ਸੋ ਜਿਹੜਾ ਇਹ ਓਪਰੇਸ਼ਨ ਹੈ, ਇਹਦਾ ਆਪਾਂ ਨੂੰ ਫਾਇਦਾ ਕੀ ਹੈ? ਇਹ ਬਹੁਤ ਸਾਰੇ ਪੇਸ਼ੈਂਟ ਇਹ ਸੋਚਦੇ ਆ ਕਿ ਆਪਾਂ ਸ਼ੂਗਰ ਦਾ ਓਪਰੇਸ਼ਨ ਕਰਾਤਾ ਜੀ, ਸ਼ੂਗਰ ਖਤਮ ਹੋ ਗਈ। ਤਾਂ ਇਸ ਤਰ੍ਹਾਂ ਨਹੀਂ ਸੋਚਣਾ, ਕਿਉਂਕਿ ਸਾਨੂੰ 10 ਸਾਲ ਹੋ ਗਏ ਮੈਨੂੰ ਇਹ ਕੰਮ ਕਰਦੇ ਨੂੰ। 100 ਚੋਂ 95 ਪੇਸ਼ੈਂਟ ਦਾ ਐਸੇ ਜਿਹੜੇ 10 ਸਾਲ ਬਾਅਦ ਵੀ ਉਹਨਾਂ ਦੀ ਸ਼ੂਗਰ ਠੀਕ ਹੈ, ਟੈਬਲੇਟਸ ਵੀ ਬੰਦ ਹੈ, ਇੰਸੂਲਿਨ ਵੀ ਬੰਦ ਹੈ। ਪਰ 5 ਪੇਸ਼ੈਂਟ ਐਸੇ ਵੀ ਹੈਗੇ ਆ ਜਿਨ੍ਹਾਂ ਦੀ ਸ਼ੂਗਰ ਦੁਬਾਰਾ ਆ ਗਈ, ਟੈਬਲੇਟ ਸ਼ੁਰੂ ਹੋ ਗਈਆਂ ਉਹਨਾਂ ਦੀਆਂ, ਵਿੱਚੋਂ ਕੋਈ ਕੋਈ ਐਸਾ ਵੀ ਹੈਗਾ ਜਿਹਦੀ ਟੈਬਲੇਟ ਬੰਦ ਨਹੀਂ ਹੋਈ, ਅੱਧੀ ਚੱਲਦੀ ਪਈ ਹੈ, ਇੱਕ ਟੈਬਲੇਟ ਚੱਲਦੀ ਪਈ ਹੈ। ਬਟ ਐਸਾ ਕੋਈ ਨਹੀਂ ਹੈਗਾ ਸਾਡੇ ਕੋਲ ਜਿਹਦੀ ਕਿ ਐਵਰੇਜ ਸ਼ੂਗਰ ਜਿਹੜੀ ਆ ਉਹਦਾ ਕੰਟਰੋਲ ਬੈਟਰ ਨਾ ਹੋਇਆ ਹੋਵੇ। ਮੋਸਟਲੀ ਯਾਨੀ 100 ਚੋਂ 99.5 ਪੇਸ਼ੈਂਟ ਐਸੇ ਆ ਜਿਨ੍ਹਾਂ ਦਾ ਐਵਰੇਜ ਸ਼ੂਗਰ 6 ਦੇ ਨੇੜੇ ਚੱਲ ਸਕੇ। ਸੋ ਇਹ ਆਪਣਾ ਟਾਰਗੇਟ ਹੈ, ਐਵਰੇਜ ਸ਼ੂਗਰ ਨੂੰ 6 ਦੇ ਨੇੜੇ ਲੈ ਕੇ ਆਉਣਾ। ਇਹ ਟਾਰਗੇਟ ਨਹੀਂ ਹੈ ਕਿ ਗੋਲੀ ਬੰਦ ਕਰਨੀ ਹੈ। ਪਹਿਲਾਂ ਆਪਾਂ 4 ਗੋਲੀਆਂ ਲੈ ਕੇ ਵੀ ਐਵਰੇਜ ਸ਼ੂਗਰ 11.4 ਸੀ, ਹੁਣ ਆਪਾਂ ਦੇਖਾਂਗੇ 3 ਮਹੀਨੇ ਬਾਅਦ ਐਵਰੇਜ ਸ਼ੂਗਰ ਕਿੰਨੀ ਰਹੇ। ਇਹ ਹਮੇਸ਼ਾ ਤੁਹਾਡੇ ਟਿਪਸ 'ਤੇ ਚਾਹੀਦਾ, ਤੁਹਾਨੂੰ ਯਾਦ ਚਾਹੀਦਾ, ਤਾਂ ਹੀ ਤੁਹਾਨੂੰ ਇਹ ਪਤਾ ਲੱਗੂਗਾ ਕਿ ਹਾਂ ਕੀ ਫਾਇਦਾ ਹੋ ਰਿਹਾ ਆਪਾਂ ਨੂੰ। ਵੈਸੇ ਵੰਸ ਇਨ ਅ ਵਾਈਲ ਜਿਹੜੀ ਆ ਸ਼ੂਗਰ ਜਨਰਲੀ ਅਸੀਂ ਦੇਖਦੇ, ਜਿਵੇਂ ਜਿਵੇਂ ਨਾ ਹੁਣ ਵੇਟ ਤੁਹਾਡਾ ਘਟੀ ਜਾਣਾ, ਕੁਛ ਤਾਂ ਇਮੀਡੀਏਟਲੀ ਵੀ ਫਰਕ ਪੈਂਦਾ। ਹੁਣ ਵੀ ਤੁਸੀਂ ਦੇਖੋਗੇ ਕੰਟਰੋਲ ਬੈਟਰ ਆਏਗਾ, ਅੱਧੀ ਗੋਲੀ ਨਾਲ, ਇੱਕ ਗੋਲੀ ਨਾਲ ਹੀ, ਜਿੰਨਾ ਪਹਿਲਾਂ 4 ਗੋਲੀਆਂ ਨਾਲ ਆ ਰਿਹਾ ਸੀ ਉਨਾ ਕੰਟਰੋਲ ਹੁਣ ਚੱਲੇਗਾ। ਸੋ ਵੇਟ ਜਿਵੇਂ ਘਟਣਾ, ਫਿਰ ਸ਼ੂਗਰ ਦਾ ਕੰਟਰੋਲ ਬੈਟਰ ਆਈ ਜਾਣਾ। ਤਾਂ ਅਲਟੀਮੇਟਲੀ ਇਹ ਅਸੀਂ ਦੇਖਿਆ ਕਿ 15-20 ਦਿਨਾਂ 'ਚ, 1 ਮਹੀਨੇ 'ਚ ਚੰਗਾ ਵਧੀਆ ਕੰਟਰੋਲ ਆ ਜਾਂਦਾ, ਤਾਂ ਮੋਸਟਲੀ ਟੈਬਲੇਟ ਬੰਦ ਹੋ ਜਾਂਦੀ ਹੈ। ਪਰ ਫਿਰ ਮੈਂ ਦੱਸ ਰਿਹਾ, ਟੈਬਲੇਟ ਬੰਦ ਕਰਨਾ ਆਪਣਾ ਟੀਚਾ ਨਹੀਂ ਹੈ, ਆਪਣਾ ਟੀਚਾ ਸ਼ੂਗਰ ਸੈੱਟ ਰੱਖਣਾ। ਬਾਕੀ ਨਾਲ ਇਹਦੇ ਐਕਸਰਸਾਈਜ਼ 10-15 ਮਿੰਟ ਤੁਹਾਨੂੰ ਸਾਈਕਲਿੰਗ ਜਾਂ ਕੋਈ ਹੋਰ ਵਰਜਿਸ਼ 15 ਮਿੰਟ ਬਾਡੀ ਲਈ ਕਰਨੀ ਚਾਹੀਦੀ ਹੈ, ਅਤੇ ਉਹਦੇ ਨਾਲ ਤੁਹਾਡਾ ਇਹ ਜਿਹੜਾ ਕੰਟਰੋਲ ਆ ਹੋਰ ਬੈਟਰ ਹੋ ਜਾਣਾ।